जिन बड़े आई तेरे नाम की, तेरे ते मन माहे, तेरे ते मन माहे, जिन बड़े आई तेरे नाम की, जिन बड़े आई, जिन बड़े आई तेरे नाम नाम की। वाहिगुरु वाहिगुरु। जिन सतगुर प्यारा देखिया तिन को होवारी, जिन सतगुर प्यारा देखिया तिन को होवारी, जिन सतगुर प्यारा देखिया तिन को होवारी, जिन गुर की कीति चाकरी, जिन गुर की कीति चाकरी, तिन सत बलहारी, जिन सत गुर प्यारा देखया तिन को हवारी, जिन सतगुर प्यारा देखया तिन को होवारी, जिन गुर की कीति चाकरी, जिन गुर की कीति चाकरी, तिन सत बलहारी, जिन सतगुर प्यारा देखया तिन को होवारी, जिन सतगुर प्यारा देखया तिन को होवारी। हर किया कथा कहानियां गोर नीत सुनाइया, हर किया कथा कहानियां गोर नीत सुनाइया, बलहारी गोर अपने गोर को बल जाइया, गोर को बल जाइया, जिन सतगुर प्यारा देखया तिन को होवारी, जिन सतगुर प्यारा देखया तिन को होवारी। आए मिल गोर
सिख आए मिल तू मेरे गुरु के प्यारे। आए मिल गुर सिख आए मिल तू मेरे गुरु के प्यारे, तू मेरे गुरु के प्यारे। जिन सतगुर प्यारा देखिया किन को हो बारी, जिन सतगुर प्यारा देखिया किन को हो बारी। हर के गुण हर पाव दे से गुरु ते पाए, हर के गुण हर पाव दे से गुरु ते पाए। जिन गुर का पाना मन लिया तिन कुम कुम जाए, जिन गुर का पाड़ा मन्या तिन कुम कुम जाए, तिन कुम कुम जाए। जिन सतगुर प्यारा देखिया जिन सतगुर प्यारा देखिया जिन को हो बारी। हर हर तेरा नाम है दुख मेटण हारा, हर हर तेरा नाम है दुख मेटण हारा। गौर सेवा ते पाई है गौर मुख निस्तारा, गौर सेवा ते पाई है गौर मुख निस्तारा, गौर मुख निस्तारा। जिन सतगुर प्यारा देखिया तिन को हो बारी, जिन सतगुर प्यारा देखिया तिन को हो बारी। जिन गुर की कीती चाकरी, जिन गुर की कीती चाकरी तिन सत बलहारी। जिन सतगुर प्यारा देखिया तिन को हो वारी, जिन सतगुर प्यारा देखिया तिन को हो वारी। जो हर नाम ते आए दे ते जन परवाना, जो हर नाम ते आए दे ते जन परवाना। तिन विट हो नानक वारिया सदा सदा कुर्बाना, तिन विट हो नानक वारिया सदा सदा कुर्बाना, सदा सदा।
ਬੜਾ ਕੁਰਬਾਨਾ ਜਿਨ ਸਤਿਗੁਰ ਪਿਆਰਾ ਦੇਖਿਆ ਤਿਨ ਕੋ ਵਾਰੀ ਜਿਨ ਸਤਿਗੁਰ ਪਿਆਰਾ ਦੇਖਿਆ ਤਿਨ ਕੋ ਵਾਰੀ ਜਿਨ ਗੁਰ ਕੀ ਕੀਤੀ ਚਾਕਰੀ ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਦ ਬਲਿਹਾਰੀ ਜਿਨ ਸਤਿਗੁਰ ਪਿਆਰਾ ਦੇਖਿਆ ਤਿਨ ਕੋ ਵਾਰੀ ਜਿਨ ਸਤਿਗੁਰ ਪਿਆਰਾ ਦੇਖਿਆ ਤਿਨ ਕੋ ਵਾਰੀ ਤਿਨ ਕੋ ਵਾਰੀ ਤਿਨ ਕੋ ਵਾਰੀ ਵਾਹਿਗੁਰੂ। ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵਰੈ ਨਾਮ ਜਪਾਵੈ ਜੋ ਆਪ ਜਪੈ ਅਵਰੈ ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵਰੈ ਨਾਮ ਜਪਾਵੈ ਜੋ ਆਪ ਜਪੈ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਪਲ ਕੇ ਉੱਠ ਹਰ ਨਾਮ ਧਿਆਵੇ ਸੋ ਪਲ ਕੇ ਉੱਠ ਹਰ ਨਾਮ ਧਿਆਵੇ ਉਦਮ ਕਰੇ ਪਲ ਕੇ ਪਰਬਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵਰੈ ਨਾਮ ਜਪਾਵੈ ਜੋ ਆਪ ਜਪੈ ਅਵਰੈ ਨਾਮ ਜਪਾਵੈ ਹਰ ਹਰ ਜਪ ਜਾਪੈ ਸਭ ਕਿਲ ਵਿਕ ਪਾਪ ਦੁੱਖ ਲਹਿ ਜਾਵੇ ਫਿਰ ਚੜੇ ਦਿਵਸ ਗੁਰਬਾਣੀ ਗਾਵੇ ਬਹਿਦਿਆਂ ਉੱਠਦਿਆਂ ਹਰ ਨਾਮ ਧਿਆਵੇ ਬਹਿਦਿਆਂ
ਤਿਆ ਉੱਠਦਿਆਂ ਹਰ ਨਾਮ ਤਿਆ ਵੇ ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪੇ ਸਿੱਖ ਕੀ ਜਨ ਨਾਨਕ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜਪੇ ਅਵਰੇ ਨਾਮ ਜਪਾਵੇ ਜੋ ਆਪ ਜਪੇ ਅਵਰੇ ਨਾਮ ਜਪਾਵੇ ਗੁਰ ਸਤ ਗੁਰ ਕਾ ਜੋ ਸਿੱਖ ਸੋ ਪਲ ਕੇ ਉੱਠ ਹਰ ਨਾਮ ਤਿਆ ਗੁਰ ਸਿੱਖ ਪਲ ਕੇ ਉੱਠ ਕਰ ਅੰਮ੍ਰਿਤ ਵੇਲੇ ਸਰਨਾ ਵੰਦਾ ਗੁਰ ਕੈ ਬਚਨ ਉਚਾਰ ਕੈ ਧਰਮ ਸਾਲ ਦੀ ਸੁਰਤ ਕਰਨ ਸਾਧ ਸੰਗਤ ਵਿੱਚ ਜਾਏ ਕੈ ਗੁਰਬਾਣੀ ਸੇਵ ਕਰਨ ਦਾ ਕਿਰਤ ਵਿਰਤ ਕਰ ਧਰਮ ਦੀ ਲੈ ਪ੍ਰਸਾਦ ਆਣ ਵਰਤਨ ਦਾ ਗੁਰ ਸਿੱਖਾਂ ਨੂੰ ਦੇ ਕਰ ਪਿੱਛੋਂ ਬਚਿਆ ਆਪ ਕਵਨ ਦਾ ਕਲੀ ਕਾਲ ਪਰਗਾਸ ਕਰ ਗੁਰ ਚੇਲਾ ਚੇਲਾ ਗੁਰ ਸੰਦਾ ਗੁਰਮੁਖ ਗਾਡੀ ਰਾਹ ਚਲੰਦਾ ਪਿੱਛਲ ਰਾਤੀ ਜਾਗਣਾ ਨਾਮ ਦਾਨ ਇਸ਼ਨਾਨ ਦਿੜਾ ਮਿੱਠਾ ਬੋਲਣ ਨਿਵ ਚੱਲਣ ਅੱਖੋਂ ਦੇਖੇ ਭਲਾ ਮਨਾ ਥੋੜਾ ਸਵਣਾ ਖਾਵਣਾ ਥੋੜਾ ਬੋਲਣ ਗੁਰਮਤ ਪਾਏ ਕਾਲ ਖਾਏ ਸੋ ਕ੍ਰਿਤ ਕਰੇ ਵੱਡਾ ਹੋਏ ਨਾ ਆਪ ਗਣਾ ਸਾਧ ਸੰਗਤ ਮਿਲ ਗਾਵ ਦੇ ਰਾਤ ਦੀ ਹੈ ਨਿਤ ਚੱਲ ਚੱਲ ਜਾ ਸ਼ਬਦ ਸੁਰਤ ਪਰਚਾ ਕਰੇ ਸਤਿਗੁਰ ਪਰਚੇ ਮਨ ਪਰਚਾਏ ਆਸਾ ਵਿੱਚ ਨਿਰਾਸ ਵਲਾਏ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਪਲ ਕੇ ਉੱਠ ਹਰ ਨਾਮ ਧਿਆਵੇ ਉਦਮ ਕਰੇ ਪਲ ਕੇ ਪਰਬਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ ਇਸ਼ਨਾਨ ਕਰੇ ਧੂੜ ਮੰਗੇ ਤਿਸ ਗੁਰ ਸਿੱਖ ਕੀ ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ ਜੋ ਆਪ ਜ
ਗੁਰੂ ਸ਼ਬਦ ਗੁਰੂ ਚਵਰ ਛੱਤਰ ਤਖਤ ਦੇ ਮਾਲਕ ਗਿਆਨ ਦੇ ਮਹਾਂਸਾਗਰ ਜੁਗੋ ਜੁਗ ਅਟਲ ਸਮੁੱਚੇ ਜਗਤ ਦੇ ਕਲਿਆਣ ਕਰਤਾ ਸਾਂਝੀਵਾਲਤਾ ਦੇ ਪ੍ਰਤੀਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਪਾਵਨ ਪਵਿੱਤਰ ਗੋਦ ਅੰਦਰ ਸਤਿਗੁਰ ਜੀ ਦੇ ਵੱਲੋਂ ਦਰੋਂ ਘਰੋਂ ਵਰਸਾਏ ਹੋਏ ਮਹਾਂਪੁਰਸ਼ ਸੰਤ ਬਾਬਾ ਆਨੰਦ ਸਿੰਘ ਜੀ ਸੰਤ ਬਾਬਾ ਈਸ਼ਰ ਸਿੰਘ ਜੀ ਜਿਨ੍ਹਾਂ ਦੀ ਯਾਦ ਨੂੰ ਸਮਰਪਿਤ ਰਾਤਰੀ ਦੇ ਦੀਵਾਨ ਵਿੱਚ ਗੁਰਮਤਿ ਸਮਾਗਮ ਵਿੱਚ ਹਾਜ਼ਰੀ ਭਰ ਕੇ ਜੀਵਨ ਨੂੰ ਸਫਲ ਬਣਾ ਰਹੇ ਸਨਮਾਨਯੋਗ ਸਾਧ ਸੰਗਤ ਜੀਓ ਆਓ ਜਿਤਨੇ ਸਰੀਰ ਆਪ ਜੀ ਸੰਗਤੀ ਰੂਪ ਵਿੱਚ ਜੁੜੇ ਹੋ ਮਨ ਦੀ ਇਕਾਗਰਤਾ ਰਸਨਾ ਦੀ ਪਵਿੱਤਰਤਾ ਲਈ ਸਾਹਿਬੇ ਕਮਾਲ ਚੋਜੀ ਪ੍ਰੀਤਮ ਸਰਬੰਸਦਾਨੀ ਅੰਮ੍ਰਿਤ ਦੇ ਦਾਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਵੱਲੋਂ ਬਖਸ਼ੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੇ ਮਹਾਂਪੁਰਸ਼ਾਂ ਦੀ ਯਾਦ ਵਿੱਚ ਬੈਠੇ ਹਾਂ ਤੇ ਸਤਿਗੁਰੂ ਜੀ ਦਾ ਪਾਵਨ ਬਚਨ ਆਪਾਂ ਰੋਜ਼ ਪੜ੍ਹਦੇ, ਸਤ ਸੰਗਤ ਮਿਲੇ ਸੋ ਤਰਿਆ। ਇੱਕ ਬੱਚਾ ਸਕੂਲ 'ਚ ਜਾਂਦਾ ਹੈ, ਜੇ ਭਲਾ ਰੋਜ਼ ਉਹ ਪ੍ਰਿੰਸੀਪਲ ਨੂੰ ਮੱਥਾ ਟੇਕ ਕੇ ਆ ਜਾਏ ਅਤੇ ਪੜ੍ਹੇ ਕੁਝ ਵੀ ਨਾ, ਨਾ ਸਕੂਲ ਦੇ ਨਿਯਮ ਧਾਰਨ ਕਰੇ, ਨਾ ਉਹ ਸਮੇਂ ਨਾਲ ਆਵੇ, ਨਾ ਉਹ ਵਰਦੀ ਪਾਵੇ, ਨਾ ਉਹ ਟੀਚਰ ਦੀ ਗੱਲ ਨੂੰ ਸੁਣੇ, ਅਤੇ ਮੈਨੂੰ ਖਿਮਾ ਕਰਿਆ ਜੇ ਉਹ ਮੱਥਾ ਟੇਕ ਕੇ ਪ੍ਰਿੰਸੀਪਲ ਨਹੀਂ ਬਣ ਸਕਦਾ। ਜਾਂ ਉਹ ਇਹ ਆਖੀ ਜਾਏ ਮੇਰਾ ਪ੍ਰਿੰਸੀਪਲ ਊੜੇ ਐੜੇ ਤੋਂ ਸ਼ੁਰੂ ਹੋਇਆ, ਉਹਨੇ ਅੱਖਰਾਂ ਦਾ ਇੰਨਾ ਕੁ ਗਿਆਨ ਪ੍ਰਾਪਤ ਕਰ ਲਿਆ, ਇੰਨੀਆਂ ਮੱਲਾਂ ਮਾਰ ਲਈਆਂ, ਬੜੀਆਂ ਡਿਗਰੀਆਂ ਪ੍ਰਾਪਤ ਕਰ ਲਈਆਂ, ਇੱਥੋਂ ਤੱਕ ਕਦੇ ਊੜੇ ਐੜੇ ਦੀ ਗੱਲ ਕਰਨ ਵਾਲਾ ਅੱਜ ਅੱਖਰਾਂ ਦਾ ਰੂਪ ਹੋ ਗਿਆ। ਜੇ ਰੋਜ਼ ਗੱਲਾਂ ਇਹ ਵਿਦਿਆਰਥੀ ਲੋਕਾਂ 'ਚ ਜਾ ਕੇ ਕਰੇ ਤਾਂ ਪ੍ਰਿੰਸੀਪਲ ਤਾਂ ਵੀ ਨਹੀਂ ਬਣਨਾ, ਆਪਾਂ ਜਿਤਨੇ ਬੈਠੇ ਹਾਂ ਅਸੀਂ ਕਹਿੰਦੇ ਜੀ ਫਲਾਣੇ ਮਹਾਂਪੁਰਸ਼ ਨੇ ਬੜੀ ਬੰਦਗੀ, ਫਲਾਣੇ ਮਹਾਂਪੁਰਸ਼ ਦਾ ਜੀਵਨ ਸ਼ਿਖਰ, ਕੋਈ ਸ਼ੱਕ ਨਹੀਂ, ਪਰ ਚੇਤੇ ਰੱਖਿਓ ਇਹ ਗੱਲਾਂ ਕਰਨ ਨਾਲ ਅਸੀਂ ਗੁਰਸਿੱਖ ਨਹੀਂ ਬਣ ਚੱਲੇ। ਬਣਾਂਗੇ ਕਦੋਂ? ਜਦੋਂ ਉਹਨਾਂ ਦੀ ਸੰਗਤ ਕਰਾਂਗੇ। ਸੰਗਤ ਕਿਵੇਂ ਕਰਨੀ? ਜਿਵੇਂ ਇੱਕ ਟੀਚਰ ਤੋਂ ਏ ਬੀ ਸੀ ਅਤੇ ਊੜਾ ਊਠ ਬੜੇ ਧਿਆਨ ਨਾਲ ਉਹ ਵਿਦਿਆਰਥੀ ਪੜ੍ਹਦਾ, ਕਾਗਜ਼ 'ਤੇ ਕਾਪੀ 'ਤੇ ਲਿਖਦਾ, ਸਮੇਂ ਨਾਲ ਸਕੂਲ ਆਉਂਦਾ, ਸਮੇਂ ਨਾਲ ਜਾਂਦਾ, ਇੱਕ ਇੱਕ ਨਿਯਮ ਨੂੰ ਸਕੂਲ ਦੇ ਨੂੰ ਅਪਣਾਉਂਦਾ। ਇੱਥੋਂ ਤੱਕ ਜੇ ਕਿਧਰੇ ਮਾਂ ਕਹਿ ਦੇਵੇ ਪੁੱਤਰ ਅੱਜ ਤੇਰਾ ਮੱਥਾ ਤਪਦਾ ਤੂੰ ਛੁੱਟੀ ਕਰ, ਕਹਿੰਦਾ ਨਹੀਂ ਅੱਜ ਛੁੱਟੀ ਕਰ ਲਈ ਤਾਂ ਇੱਕ ਦਿਨ ਦਾ ਮੇਰਾ ਲੈਸਨ ਪਿੱਛੇ ਪੈ ਜਾਣਾ, ਮੈਂ ਜਾਣਾ ਜ਼ਰੂਰ, ਮੈਨੂੰ ਦਵਾ ਦੇ ਦਿਓ, ਦਾਰੂ ਦੇ ਦਿਓ, ਮੈਂ ਸਕੂਲ ਨਹੀਂ ਬੰਦ ਆਪਣਾ ਕੈਂਸਲ ਕਰ ਸਕਦਾ, ਜਾਣਾ ਜ਼ਰੂਰ, ਮੈਂ ਬਾਕੀ ਬੱਚਿਆਂ ਨਾਲੋਂ ਪਿੱਛੇ ਪੈ ਜਾਵਾਂ। ਇਹ ਉਹਦੇ ਨਿਯਮ ਸਨ। ਔਰ ਕਦੇ ਕਦੇ ਉਸ ਟੀਚਰ ਨੇ, ਪ੍ਰਿੰਸੀਪਲ ਨੇ ਉਹਨੂੰ ਕਲਾਸ ਵਿੱਚ ਖੜਾ ਕਰਕੇ ਉਹਨੂੰ ਮਾੜਾ ਚੰਗਾ ਵੀ ਬੋਲਿਆ, ਪਰ ਉਹਨੇ ਕਦੇ ਪਰਵਾਹ ਨਹੀਂ ਕੀਤੀ। ਜੇ ਗੁਰ ਝਿੜਕੇ ਤਾਂ ਮਿੱਠਾ ਲੱਗਾ, ਉਹਨੂੰ ਚੰਗਾ ਲੱਗਿਆ, ਮੇਰੇ ਭਲੇ ਲਈ ਆਖਦੇ ਪਏ ਨੇ। ਉਹ ਜੋ ਕੁਝ ਵੀ ਉਹਨੇ ਸਾਰੇ ਨਿਯਮ ਧਾਰਨ ਕੀਤੇ ਸਨ, ਅੱਜ ਉਹ ਬੱਚਾ ਜਿਹੜਾ ਸੀ ਪ੍ਰਿੰਸੀਪਲ ਦਾ ਰੂਪ ਹੋ ਗਿਆ। ਇੰਨੀ ਕਿਰਪਾ ਹੋ ਗਈ। ਅਸੀਂ ਕਹਿੰਦੇ ਜੀ ਸਾਡੇ ਫਲਾਣੇ ਮਹਾਂਪੁਰਸ਼, ਸਾਡਾ ਗੁਰੂ ਮਹਾਨ, ਅਸੀਂ ਮੱਥਾ ਵੀ ਰੋਜ਼ ਟੇਕਦੇ ਹਾਂ, ਪਰ ਸੰਗਤ ਜੀ ਗੱਲਾਂ ਬਾਤਾਂ ਕਰਨ ਨਾਲ, ਮੈਨੂੰ ਖਿਮਾ ਕਰਿਓ, ਕਈ ਐਸੇ ਮਨੁੱਖ ਵੀ ਤੁਹਾਨੂੰ ਮਿਲਣਗੇ ਸਾਰੀ ਜ਼ਿੰਦਗੀ ਗੁਰੂ ਘਰ ਨਮਸਕਾਰ ਕਰਦੇ ਰਹੇ ਪਰ ਜੀਵਨ 'ਚ ਤਬਦੀਲੀ ਕੋਈ ਨਹੀਂ ਆਈ, ਕਿਉਂਕਿ ਅਸੀਂ ਪਾਵਨ ਸ਼ਬਦ ਜਿਹੜਾ ਗੁਰੂ ਰਾਮਦਾਸ ਮਹਾਰਾਜ ਜੀ ਦਾ ਆਪ ਜੀ ਦੇ ਸਨਮੁੱਖ ਰੱਖਿਆ। ਜਿਨ ਸਤਿਗੁਰ ਪਿਆਰਾ ਦੇਖਿਆ ਤਿਨ ਕਹੋ ਹੋ ਵਾਰੀ, ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਦ ਬਲਿਹਾਰੀ। ਜਿਨ੍ਹਾਂ ਤੋਂ ਵਾਰੇ ਜਾਈਏ, ਜਿਨ੍ਹਾਂ ਤੋਂ ਬਲਿਹਾਰੀ ਜਾਈਏ, ਚਾਹੀਦਾ ਇਹ ਹੈ ਉਹਨਾਂ ਗੁਰਸਿੱਖਾਂ ਦੇ ਗੁਣ ਸਾਡੇ ਵਿੱਚ ਆ ਜਾਣੇ ਚਾਹੀਦੇ ਨੇ। ਹੁਣ ਸੰਤ ਬਾਬਾ ਈਸ਼ਰ ਸਿੰਘ ਦੀ ਗੱਲ ਕਰੋ, ਸੰਤ ਬਾਬਾ ਆਨੰਦ ਸਿੰਘ ਜੀ ਦੀ ਗੱਲ ਕਰੋ, ਮੈਂ ਕਹਿੰਦਾ ਉਹ ਤੇ ਸਿਮਰਨ ਕਰ ਕਰਕੇ ਇਹ ਸਿਮਰਨ ਸਰੂਪ ਹੋ ਗਏ। ਇੱਥੋਂ ਤੱਕ ਮੈਂ ਕਹਿ ਸਕਦਾ
ਕਿ ਜਿੱਥੇ ਜ਼ਬਾਨ ਤੇ ਬੰਦ ਹੋ ਗਈ ਅੰਦਰ ਸਿਮਰਨ ਕਰਨ ਲੱਗ ਗਿਆ। ਅਜੱਪਾ ਜਾਪ ਉਹਨਾਂ ਦਾ ਜੀਵਨ, ਪਰ ਅੱਜ ਅਸੀਂ ਕੇਵਲ ਬਾਬਾ ਜੀ ਦੇ ਫਲਾਣੇ ਬਚਨ, ਬਾਬਾ ਜੀ ਦੇ ਫਲਾਣੇ ਬਚਨ, ਪਰ ਮੈਨੂੰ ਖਿਮਾ ਕਰ ਦਿਓ, ਉਹਨਾਂ ਬਚਨਾਂ ਤੇ ਸਾਡਾ ਜੀਵਨ ਕਿੰਨਾ ਕੁ ਪੂਰਾ ਉਤਰਦਾ ਪਿਆ। ਕਹਿਣ ਨਾਲ ਆਪਾਂ ਪ੍ਰਿੰਸੀਪਲ ਨਹੀਂ ਬਣ ਜਾਵਾਂਗੇ। ਕਰਨੀ ਨਾਮਾ ਗੁਰੂ ਰਾਮਦਾਸ ਜੀ ਨੇ ਲਿਖ ਦਿੱਤਾ, ਗੁਰੂ ਦਾ ਸਿੱਖ ਜਿਹੜਾ ਆਪਣੇ ਆਪ ਨੂੰ ਅਖਵਾਉਂਦਾ ਹੈ, ਗੁਰੂ ਕੇ ਸਿੱਖਾਂ ਦੀ ਸੰਗਤ ਕਰਦਾ, ਉਹਨੇ ਕਰਨਾ ਕੀ ਹੈ? ਮਹਾਰਾਜ ਜੀ ਕਹਿੰਦੇ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉੱਠ ਹਰ ਨਾਮ ਧਿਆਵੈ। ਇਹ ਕੁਝ ਕਰੇ, ਉਦਮ ਕਰੇ, ਭਲ ਕੇ ਪ੍ਰਭਾਤੀ ਇਸ਼ਨਾਨ ਕਰੇ, ਅੰਮ੍ਰਿਤ ਸਰ ਨਹਾਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੋਖ ਲਹਿ ਜਾਵੈ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ, ਜੋ ਸਾਸ ਗ੍ਰਾਸ ਧਿਆਏ ਮੇਰਾ ਹਰ ਹਰ। ਜਿਨ੍ਹੇ ਇੱਥੋਂ ਤੱਕ ਪਹੁੰਚ ਕਰ ਲਈ, ਸੋ ਗੁਰ ਸਿੱਖ ਗੁਰੂ ਮਨ ਭਾਵੈ, ਤੇ ਜਦੋਂ ਗੁਰੂ ਨੂੰ ਐਸਾ ਸਿੱਖ ਕਰਨੀ ਨਾਮੇ ਵਾਲਾ ਉੱਤੇ ਤੱਕ ਪਹੁੰਚ ਕੇ ਭਾ ਜਾਂਦਾ ਹੈ, ਮਹਾਰਾਜ ਜੀ ਕਹਿੰਦੇ, ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ, ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੈ, ਐਸੇ ਗੁਰਸਿੱਖ ਦੇ ਪਰਥਾਏ। ਪਾਤਸ਼ਾਹ ਜੀ ਫਿਰ ਬਚਨ ਕਹਿੰਦੇ ਨੇ, ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਾ ਨਾਮ ਜਪਾਵੈ। ਉਹਨਾਂ ਦੇ ਚਰਨਾਂ ਦੀ ਧੂੜ, ਧੂੜ ਇਹ ਹੈ ਉਹਨਾਂ ਦੇ ਕਹੇ ਹੋਏ ਬਚਨ, ਕਮਾਏ ਹੋਏ ਬਚਨ, ਜੀਵਨ ਦੇ ਵਿੱਚੋਂ ਕੁਝ ਕਿਣਕਾ ਮੇਰੇ ਜੀਵਨ ਦਾ ਅੰਗ ਬਣ ਜਾਏ, ਅਮਲੀ ਰੂਪ ਵਿੱਚ ਮੇਰਾ ਜੀਵਨ ਉਸ ਤਰ੍ਹਾਂ ਦਾ ਹੋ ਜਾਏ। ਗੁਰੂ ਬਖਸ਼ਿਸ਼ ਰਹਿਮਤ ਕਰੇ, ਦੋ ਸ਼ਬਦਾਂ ਦਾ ਕੀਰਤਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਨੇ, ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ ਦੋ ਪੌੜੀਆਂ ਪ੍ਰਮਾਣਕ ਤੌਰ 'ਤੇ ਆਪ ਜੀ ਦੇ ਸਨਮੁੱਖ ਰੱਖੀਆਂ। ਗੁਰੂ ਸਾਹਿਬ ਜੀ ਨੇ ਜੋ ਸਿੱਖ ਦੀ ਪਰਿਭਾਸ਼ਾ ਅੰਕਿਤ ਕੀਤੀ, ਭਾਈ ਸਾਹਿਬ ਜੀ ਨੇ ਉਹਨੂੰ ਖੋਲ੍ਹਿਆ। ਜੇ ਕਿਤੇ ਦੋਵਾਂ ਸ਼ਬਦਾਂ ਨੂੰ, ਤਿੰਨਾਂ ਨੂੰ ਦਰਮਿਆਨ ਰੱਖੋ ਅਤੇ ਮਹਾਂਪੁਰਸ਼ਾਂ ਦਾ ਜੀਵਨ ਉਹਨੂੰ ਵੀ ਸਾਹਮਣੇ ਦੇਖ ਲਓ, ਅਤੇ ਇੰਨ ਬਿੰਨ ਇਹਨਾਂ ਸ਼ਬਦਾਂ ਦੇ ਬਿਲਕੁਲ ਢੁੱਕਦਾ ਹੈ। ਅਤੇ ਗੁਰੂ ਰਹਿਮਤ ਕਰੇ, ਐਸਾ ਜੀਵਨ ਸਤਿਗੁਰੂ ਜੀ ਸਾਨੂੰ ਬਖਸ਼ਣ। ਅਖੀਰ ਵਿੱਚ ਮੈਂ ਬੇਨਤੀ ਕਰਕੇ ਸੰਪੂਰਨਤਾ ਕਰਾਂ, ਅੱਜ ਦੇ ਸਮੇਂ 'ਚ ਮੈਂ ਆਪ ਜੀ ਨੂੰ ਜੋ ਮੈਸੇਜ ਦੇਣਾ ਚਾਹੁੰਦਾ, ਆਪਾਂ ਗੁਰੂ ਕੇ ਸਿੱਖਾਂ ਦੀ ਸੰਗਤ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੋਦ ਵਿੱਚ ਜੁੜੇ ਬੈਠੇ, ਅਤੇ ਕਲਗੀਧਰ ਪਿਤਾ ਜੀ ਦੇ 52 ਬਚਨ ਆਪਾਂ ਜ਼ਿਕਰ ਕਰਦੇ ਹਾਂ, ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ। ਹੁਣ ਦੀਦਾਰ ਖਾਲਸੇ ਦਾ ਕੀ ਹੈ? ਇਹੀ ਹੈ, ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀਗਤ ਪਾਏ। ਗੁਰੂ ਕੇ ਸਿੱਖਾਂ ਦੀ ਸੰਗਤ ਵਿੱਚ ਜੁੜਨਾ, ਗੁਰੂ ਕੇ ਸਿੱਖਾਂ ਦੇ ਉਹਨਾਂ ਦੀ ਸੰਗਤ ਕਰਕੇ ਉਹਨਾਂ ਜੈਸੇ ਆਪਣੇ ਆਪ ਨੂੰ ਬਣਾਉਣਾ, ਦੀਦਾਰ ਖਾਲਸੇ ਕਾ। ਬਾਕੀ ਅੰਮ੍ਰਿਤਧਾਰੀ ਨੇ ਮੈਂ ਬੇਅੰਮ੍ਰਿਤੀਆ ਕਿਉਂ, ਬਾਕੀ ਨਿਤਨੇਮੀ ਨੇ ਮੈਂ ਬੇਨਿਤਨੇਮੀਆ ਕਿਉਂ, ਬਾਕੀ ਅਮਲੀ ਜੀਵਨ ਧਾਰਨ ਕਰ ਗਏ ਨੇ ਮੇਰਾ ਵਿਖਾਵੇ ਮਾਤਰ ਜੀਵਨ ਕਿਉਂ? ਦੀਦਾਰ ਖਾਲਸੇ ਕਾ, ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ। ਜਦੋਂ ਦੀਦਾਰ ਖਾਲਸੇ ਦਾ ਕਰਾਂਗੇ ਤੇ ਪਰਚਾ ਸ਼ਬਦ ਦਾ ਪਏਗਾ, ਤੇ ਜਿਹੜੇ ਪਰਚਾ ਸ਼ਬਦ ਦਾ ਪਾਉਂਦੇ ਨੇ ਉਹੀ ਫਿਰ ਪੂਜਾ ਅਕਾਲ ਕੀ ਵਿੱਚ ਜੀਵਨ ਆਪਣਾ ਬਸਰ ਕਰਦੇ। ਸਭ ਤੋਂ ਪਹਿਲੀ ਬੇਨਤੀ ਅੱਜ ਦੋ ਜੋ ਅੱਜ ਦਾ ਵਰਤਮਾਨ ਸਮਾਂ, ਮੈਂ ਬੇਨਤੀ ਕਰਾਂ ਨੌਜਵਾਨ ਵੀਰਾਂ ਨੂੰ, ਸਮੁੱਚੇ ਬਜ਼ੁਰਗਾਂ ਨੂੰ, ਨਗਰ ਨਿਵਾਸੀਆਂ ਨੂੰ, ਸਭ ਤੋਂ ਪਹਿਲਾਂ ਨਸ਼ੇ ਦੀ ਜਿਹੜੀ ਲਾਹਨਤ ਹੈ ਨਾ, ਇਹਦਾ ਬਾਈਕਾਟ ਕਰੋ। ਨਸ਼ਾ ਤੁਹਾਨੂੰ ਕੋਈ ਧੱਕੇ ਨਾਲ ਦਿੰਦਾ ਪਿਆ ਹੈ, ਕੋਈ ਫਰੀ ਦਿੰਦਾ ਪਿਆ ਹੈ, ਕੋਈ ਲਾਲਚ ਦੇ ਕੇ ਦਿੰਦਾ ਪਿਆ ਹੈ। ਗੁਰਮੁਖੋ, ਨਸ਼ੇ ਦੇਣ ਵਾਲੇ ਸੌਦਾਗਰਾਂ ਦਾ ਜਿੰਨਾ ਚਿਰ ਬਾਈਕਾਟ ਨਹੀਂ ਕਰੋਗੇ, ਉਹਨਾਂ ਚਿਰ ਤੁਹਾਡੇ ਘਰ 'ਚ ਕਦੇ ਤਬਦੀਲੀ ਨਹੀਂ ਜੇ ਆਉਣੀ। ਤਬਦੀਲੀ ਉਦੋਂ ਆਏਗੀ ਜਦੋਂ ਇਹਨਾਂ ਨਸ਼ੇ ਦੇਣ ਵਾਲਿਆਂ ਦਾ, ਨਸ਼ੇ ਵੇਚਣ ਵਾਲਿਆਂ ਦਾ, ਮੈਂ ਤਾਂ ਇੱਥੋਂ ਤੱਕ ਬੇਨਤੀ ਕਰ ਦਿੰਦਾ, ਜਿਹੜੇ ਪਿੰਡਾਂ 'ਚ ਵੀ ਵੇਚਦੇ ਨੇ, ਬੇਸ਼ੱਕ ਉਹਨਾਂ 'ਤੇ ਪਰਚੇ ਕਰਾ ਕੇ ਉਹਨਾਂ ਨੂੰ ਫੜਾ ਦਿਓ। ਇਹੀ ਕਹਾਂਗੇ ਨਾ, ਅੰਦਰ ਚੱਲ ਜਾਣਗੇ, ਪਰਿਵਾਰ ਦਾ ਕੀ ਬਣੂ? ਜੇ ਸਿੱਖ ਗੁਰਦੁਆਰੇ ਐਡੇ ਵੱਡੇ ਬਣਾ ਸਕਦੇ ਨੇ, ਅਤੇ ਕੀ ਨਸ਼ੇ ਵੇਚਣ ਵਾਲਿਆਂ ਨੂੰ ਅੰਦਰ ਕਰਾ ਕੇ ਉਹਨਾਂ ਦਾ ਪਰਿਵਾਰ ਵੀ ਤਾਂ ਪਾਲ ਹੀ ਸਕਦੇ ਆ? ਕੰਮ ਸੋ ਕੰਮ, ਅਸੀਂ ਬਾਕੀ ਪਰਿਵਾਰ 'ਤੇ ਬਚਾ ਲਵਾਂਗੇ ਨਾ। ਇਹ ਨਾ ਆਖਿਓ ਗਵਾਂਢੀ ਵੇਚਦਾ, ਗਵਾਂਢੀ ਖਾਂਦਾ, ਮੈਨੂੰ ਕੀ? ਗੁਰਮੁਖੋ, ਅੱਗ ਭਾਵੇਂ ਘਰ ਲੱਗੀ ਅਤੇ ਭਾਵੇਂ ਬਾਹਰ ਸਾੜਨ ਲੱਗਿਆ, ਸਮਾਂ ਨਹੀਂ ਲਾਉਂਦੀ। ਉਹ ਬਾਹਰ ਲੱਗੀ ਵੀ ਘਰ ਵਿੱਚ ਆਉਣ ਲੱਗਿਆ, ਉਹਨੇ ਟਾਈਮ ਨਹੀਂ ਲਾਉਣਾ। ਇਸ ਕਰਕੇ ਮੇਰੀ ਬੇਨਤੀ, ਨਸ਼ੇ ਦੇ ਸੌਦਾਗਰਾਂ ਦਾ ਬਾਈਕਾਟ ਕਰੋ, ਭਾਵੇਂ ਤੁਹਾਨੂੰ ਇਲੈਕਸ਼ਨਾਂ ਵਿੱਚ ਆ ਕੇ ਵੀ ਉਹਨਾਂ ਨੇ ਨਸ਼ੇ ਦੇਣੇ ਨੇ, ਪਰ ਉਹਨਾਂ ਨੂੰ ਸਵਾਲ ਇਹ ਕਰੋ, ਸਾਡੇ ਬੱਚਿਆਂ ਨੂੰ ਨਸ਼ੇ ਦੇ ਕੇ ਅਤੇ ਨਸ਼ੇੜੀ ਬਣਾਉਣ ਆ ਗਏ ਹੋ, ਤੁਹਾਡੇ ਬੱਚੇ ਥਾਣੇਦਾਰ ਅਤੇ MLA ਸਾਡੇ ਜੇਲ੍ਹਾਂ ਵਿੱਚ ਕਿਉਂ ਜਾਣ? ਸਵਾਲ ਖੜਾ ਹੋਵੇਗਾ, ਪਰ ਪੁੱਛੋਗੇ ਕਦੋਂ? ਜਦੋਂ ਇਹਨਾਂ ਦਾ ਤਿਆਗ ਕਰੋ ਛੱਡੋਗੇ, ਉਹਨਾਂ ਚਿਰ ਨਹੀਂ। ਪਹਿਲਾਂ ਇਹਨਾਂ ਲੋਕਾਂ ਦਾ ਆਪਾਂ ਬਾਈਕਾਟ ਕਰੀਏ, ਅਸੀਂ ਨਸ਼ੇੜੀਆਂ ਦੇ ਪਿੱਛੇ ਨਹੀਂ ਜਾਣਾ।
अगर आपां अज नहीं समझदे ते ए सच है आउण वाला जेड़ा कल है ना, ना ते साडियां धीआं वसणियां ते ना साडे घर च नौवां ने वसेबा करना। नशेड़ी दे घर कौण रहेगी, मतलब कोई नहीं। अपने पंजाब नूं जे तुसीं बचाउणा चाहुंदे हो ते सब तो पहली बेनती उन्हां नशियां दे सौदागरां दा बाईकाट करो। घर दे विच नशा कोई भी किसे किस्म दा है भाई वह घर तबाह करके रख दिंदा है। दूजी बेनती, अज असीं सिख सभ्याचार नूं छड्ड के ते पंजाबी सभ्याचार दा भूत सवार करी बैठे हां, ते मेरी बेनती है कि सिख सभ्याचार दे विच जीउण वाले जिहड़े सत पुरश सन ब्रह्म ज्ञानी बाबा ईशर सिंह वर्गे कदे गनका दे द्वारे ते भुल के चले गए रात कटनी है, जिहदा जिक्र भाई गुरदास जी ने कीता, गनका वाड़े आए खलोता महापुरश अचानचक, गनका वाड़े आए खलोता दुरमत देख दयाल होए। बाबा ईशर सिंह जी वर्गे महापुरशां दे सामने जे कदे गनका भी आ गई ते गुरमुख ओह भी देवी बन के तुर गई, उन्हूं भी देवी बना दिता उस महापुरश की नज़र ने। पर जिन्हों अज तुसी अपना सभ्याचार कहने हो यह तो देवियां नूं भी गनका बनाउण ते तुरिया होया। जदों सिख सभ्याचार दे विच साडा जीवन सी, असी 8 साल दे ब्रह्म ज्ञानी 6 ते 8 साल दे शहीद, जदों दा सिख सभ्याचार दा त्याग करके पंजाबी सभ्याचार च वड़ गए, असी कच्ची गड़ी नूं भुल के ते कच्चे घड़े दीआं गीतां ते संगीतां च नचदे फिरदे। उदों दी मिर्जे दी जंड नूं असी दिने रात रोई जाने हैं, भाई लक्ष्मण सिंह वाली जंड तो सानू तोड़ दिता, यह पंजाबी सभ्याचार वाले ने सानू दिता, यह साडा अंग नहीं, साडा अंग सिख सभ्याचार तक सीमित। मारू थल दी रेत ते इन्हां नूं चेते है, वह तत्ती रेता गुरु अर्जन देव महाराज जी ते सीस ते पैण वाली, उहदे तो सानू विसार दिता गया। जतन करिए, सिख सभ्याचार यह आग्या नहीं दिंदा कि साडे बच्चे पैरां च घुंगरू बन के ते मजारां ते नची जाण। गुरमुखो, सिख सभ्याचार च जिहड़े जिउंदे ने 8 साल दे ब्रह्म ज्ञानी ने, ते जिहड़े पंजाबी सभ्याचार नूं अपना सभ्याचार कहिंदे ने, मैनूं खिमा कर दिओ, 80 साल दे गाउण वाली नाल भंगड़ा पाउंदे फिरदे ने, इह सच है। ते कदे महाराजे ने भी गाउण वाली सुन ली सी, ते उत्थे फिर अकाली फूला सिंह जी ने कहता सी महाराजे नूं, काणिया मैं पंजाब नूं मुजरा खाना नहीं बनाउणा, यह पंजाब गुरां दे नां ते वसण वाला है, सिख सभ्याचार च जीउण वाला है। पर अज सारा वातावरण ही बदल के रख दिता, सिख सभ्याचार विच जीउण वाले गुरसिखो कृपा करो, जदों पंजाबी सभ्याचार घरों कढोगे ताडे तुहाडे घरां दे विच चुन्नियां ते पग्गां कूड़े ते जूड़े अपने आप ही प्रगट हो जाणगे। हुण उन्हां तों मिलिया कि साडे नावां दे नाल सिंह लगदा सी, कौर लगदा सी, इन्हां ने मान सिद्धू गिल होर कई कुछ पैदा कर दिते, कौर ते सिंह ही विचों कढ दिता, वह पता नहीं लगता बीबी के बंदा है, ये पुरश है कि इस्त्री है, पता ही नहीं। ये पंजाबी सभ्याचार की सानू देन है, ऊड़े तो छड के सानू टोपियां चवाड़ दिता गया। तो जतन करो, पंजाबी सभ्याचार सिख का अंग नहीं, सिख का अंग केवल सिख सभ्याचार है जो धन गुरु ग्रंथ साहब जी के विचों सानू प्राप्त हुंदा है। तीजी बेनती, शब्द गुरु दे लड़ लगीए, शब्द नूं छड के देहां दे पुजारी बनोगे मिलना कुछ नहीं। जिहड़े देहां दे मगर भजदे सन, अज उन्हां नूं पुछो हाल की है, किसे नूं फ्रिज च ला के रखिया है, किसे नूं जेल विच बंद कीता है, किसे ते केस चलदे ने, कुछ जाण वाले ने, जीवन वेखो उन्हां दा, किरदार वेखो, असीं भुलेखे दे विच जा के मत्थे टेकी जाने। चौथी बेनती, जिन्हां मजारां नूं पीर खानिआं नूं धन गुरु अर्जुन देव महाराज जी ने भाई मंझ तों ढवाया, भाई बैलो ने ढाए सन, अज असीं उही पीर खाने घरां च बनाउणे शुरू कर दित्ते। ये काला बना लो, हरे रंग दा झंडा ला दिओ, ये बन गया जी रोडा शाह, ये बन गया जी झोटा शाह, एक इत्थे झोटा शाह भी हैगा, मैं वह भी वेख्या, लंघदे ने सड़क दे उत्तों। ये साडा सभ्याचार ने भाई, चार क इट्टां खड़ियां। अगर तुसी अज नहीं समझोगे गुरमुखो, सिखां दी संगत दा दीदार खालसे दा ना कीता, जिहड़े अकाल अकाल करन वाले ने ना, थोड़ा क समां खलो जो, फिर उत्थे गाउण वालियां ला के ते वीरवार देगा कराया करन, ये तुहाडे च खोरा लाया जा रहा। पर यह गुरमत समागम इस करके कीते जांदे ने कि असीं इत्थों सोझी लै के जाइए, ते जे कल्ला महापुरशां दा जीवन इंज सी जी उन्हां नाल नित ने बड़ा सी, तुहाडा की है, आपां की करदे पए हां।
ਕੱਲਾ ਮੱਥਾ ਟੇਕ ਕੇ ਜਾਂ ਕਥਾ ਕਹਾਣੀਆਂ ਸੁਣਨ ਦੇ ਨਾਲ ਜੀਵਨ ਨਹੀਂ ਜੇ ਬਦਲਣਾ, ਜੇ ਬੱਚੇ ਨੇ ਪ੍ਰਿੰਸੀਪਲ ਬਣਨਾ ਹੈ ਤੇ ਸੱਚ ਇਹ ਹੈ ਉਹਨੂੰ ਪ੍ਰਿੰਸੀਪਲ ਦੇ ਗੁਣ ਧਾਰਨ ਕਰਨੇ ਪੈਣੇ ਨੇ। ਤੇ ਜੇ ਗੁਰਸਿੱਖ ਨੇ ਸਿੱਖ ਤੋਂ ਗੁਰਸਿੱਖੀ ਤੱਕ ਜਾਣਾ ਹੈ ਉਹਨੂੰ ਫਿਰ ਗੁਰਸਿੱਖਾਂ ਵਾਲੇ ਨਿਯਮ ਧਾਰਨ ਕਰਨੇ ਪੈਣਗੇ ਤਾਂ ਕਿ ਗੁਰੂ ਤੱਕ ਉਹਦੀ ਉਹ ਸ਼ਿਖਰ ਹੋ ਸਕੇ। ਗੁਰੂ ਬਖਸ਼ਿਸ਼ ਰਹਿਮਤ ਕਰੇ ਜੀ, ਬੇਅੰਤ ਭੁੱਲਾਂ ਦੀ ਖਿਮਾ। ਧੰਨਵਾਦ ਭਾਈ ਦਵਿੰਦਰ ਸਿੰਘ ਜੀ ਸੋਢੀ ਸਾਹਿਬ ਜੀ ਦਾ, ਭਾਈ ਰਜਿੰਦਰ ਸਿੰਘ ਜੀ ਵੀਰ ਜੀ ਜਿਹੜੇ ਅਮੈਰੀਕਾ ਤੋਂ ਆ ਕੇ ਅਸੀਂ ਗੁਰਸਿੱਖਾਂ ਦੇ ਵਿੱਚ ਵਿਚਰਦੇ ਹਾਂ ਪਰ ਉਹਨਾਂ ਨੂੰ ਪੰਜਾਬ ਦੇ ਨਾਲ ਬੜਾ ਦਰਦ ਹੈ। ਪੰਜਾਬ ਦੀ ਧਰਤੀ 'ਤੇ ਇੰਨੇ ਮਾਰੂ ਹਮਲੇ ਕਿਉਂ? ਪਰ ਮੈਨੂੰ ਖਿਮਾ ਕਰਿਓ, ਅੱਜ ਅਸੀਂ ਪੰਜਾਬ ਦੀ ਧਰਤੀ 'ਤੇ ਰਹਿਣ ਵਾਲੇ ਬੇਸੁਰਤ ਹੋ ਕੇ ਸੁੱਤੇ। ਜੱਟ ਦੇ ਖੇਤੀ ਦੇ ਵਿੱਚ ਪੈਲੀ ਦੇ ਵਿੱਚ ਇੱਕ ਅਵਾਰਾ ਪਸ਼ੂ ਵੜ ਜਾਏ ਉੱਥੇ ਸਾਰੀ ਕਣਕ ਖਰਾਬ ਕਰਕੇ ਰੱਖ ਦਿੰਦਾ ਅਤੇ ਜਿੱਥੇ ਵੱਗ ਵੜ ਜਾਏ ਉੱਥੇ ਕੀ ਬਣੇ? ਅਤੇ ਅੱਜ ਤੁਹਾਡਾ ਫਰਜ਼ ਬਣਦਾ ਹੈ ਇਹ ਆਪਣੀ ਸਿੱਖੀ ਰੂਪੀ ਖੇਤ ਨੂੰ, ਉਸ ਖੇਤੀ ਨੂੰ ਅਗਰ ਆਪਾਂ ਪ੍ਰਫੁੱਲਿਤ ਕਰਨਾ ਚਾਹੁੰਦੇ ਤਾਂ ਇਹ ਸਾਨੂੰ ਸੁਚੇਤ ਤੇ ਜ਼ਰੂਰ ਹੋਣਾ ਪਵੇਗਾ। ਭਾਵੇਂ ਅਸੀਂ ਕਹਿ ਦਿੰਦੇ ਹਾਂ ਸਾਨੂੰ ਕੋਈ ਖਤਰਾ ਨਹੀਂ, ਕੋਈ ਖਤਰਾ ਨਹੀਂ, ਜਿਸ ਘਰ 'ਚ ਖਜ਼ਾਨਾ ਹੋਵੇ ਉਸ ਘਰ ਨੂੰ ਚੋਰਾਂ ਦਾ ਡਰ ਰਹਿੰਦਾ। ਇਸ ਘਰ 'ਚ ਵਿੱਚ ਸ਼ਹੀਦਾਂ ਦਾ ਖਜ਼ਾਨਾ ਹੈ, ਇਸ ਘਰ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਵਰਗਾ ਖਜ਼ਾਨਾ ਹੈ, ਇਸ ਘਰ ਵਿੱਚ ਨਿਰਾਲਾ ਨਿਰੋਲ ਪਰਮਾਤਮਾ ਨੂੰ ਮਿਲਣ ਦਾ ਢੰਗ ਤਰੀਕਾ ਇੱਕ ਵੱਖਰਾ ਖਜ਼ਾਨਾ ਹੈ। ਅਤੇ ਜਿਨ੍ਹਾਂ ਘਰਾਂ ਵਿੱਚ ਹੈ ਹੀ ਕੱਖ ਨਹੀਂ ਉਹਨੂੰ ਚੋਰ ਵੀ ਕਿਉਂ ਪੈਣਗੇ? ਅਸੀਂ ਕਹਿੰਦੇ ਸਿੱਖਾਂ ਨੂੰ ਕਿਉਂ ਖਤਰਾ? ਸਿੱਖ ਨੂੰ ਇਸ ਕਰਕੇ ਖਤਰਾ ਹੈ ਕਿਉਂਕਿ ਸਿੱਖ ਦੇ ਘਰ ਵਿੱਚ ਖਜ਼ਾਨਾ ਬੜਾ ਹੈ ਅਤੇ ਹਰ ਇੱਕ ਬੰਦਾ ਚਾਹੁੰਦਾ ਉਹਨੂੰ ਲੁੱਟ ਲਿਆ ਜਾਏ, ਉਹਨੂੰ ਖਤਮ ਕੀਤਾ ਜਾਏ। ਪਰ ਅੱਜ ਸਾਡਾ ਫਰਜ਼ ਬਣਦਾ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਭੈਣਾਂ ਬੱਚੀਆਂ ਨੂੰ ਬੀਬੀਆਂ ਨੂੰ ਬੇਨਤੀ ਕਰਦਾ ਹੈ ਕਿਰਪਾ ਕਰਕੇ ਅੰਮ੍ਰਿਤ ਛਕੋ। ਆ ਜਿਹੜਾ ਬਿਊਟੀ ਪਾਰਲਰ ਦਿਨੇ ਰਾਤ ਅਸੀਂ ਭੱਜਦੇ ਹਾਂ ਨਾ, ਇਹਨੂੰ ਹਜਾਮਤੀਆ ਕਹਿੰਦੇ ਨੇ। ਮਿਲਣਾ ਕੁਛ ਨਹੀਂ, ਘਰ 'ਚੋਂ ਚੁੰਨੀ ਵੀ ਚਲੇ ਜਾਏਗੀ, ਪੱਗ ਵੀ ਚਲੀ ਜਾਏਗੀ, ਐਸਾ ਹੋ ਰਿਹਾ। ਅਤੇ ਮੈਂ ਵੀਰਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ, ਕਿਰਪਾ ਕਰਕੇ ਆਪਣੇ ਸਰੂਪ ਵਿੱਚ ਆਓ, ਸਿੱਖੀ ਸਰੂਪ ਨੂੰ ਸੰਭਾਲੋ, ਕੇਸਾਂ ਦੀ ਬੇਅਦ ਵੀ ਭੁੱਲ ਕੇ ਨਾ ਕਰੋ। ਕਈ ਵੀਰ ਕਹਿ ਦਿੰਦੇ ਨੇ ਰੱਬ ਕਿਰਪਾ ਕਰੂਗਾ, ਮੈਂ ਕਹਿੰਦਾ ਹੁੰਦਾ ਜੇ ਰੱਬ ਦੀ ਕਿਰਪਾ ਨਾ ਹੁੰਦੀ ਅਸੀਂ ਗੰਜੇ ਅਤੇ ਖੋਦੇ ਜੰਮਣਾ ਸੀ। ਇਹ ਰੱਬ ਦੀ ਕਿਰਪਾ ਹੈ ਅਸੀਂ ਸਾਬਤ ਸੂਰਤ ਜੰਮੇ, ਪਰ ਉਹਦਾ ਸੰਭਾਲਣ ਦਾ ਸਾਡਾ ਫਰਜ਼ ਬਣਦਾ। ਗੁਰੂ ਕਲਗੀਧਰ ਪਿਤਾ ਨੇ ਵੇਖੋ ਕਿੰਨੀ ਕਿਰਪਾ ਕੀਤੀ। ਅੱਜ ਕਹਿੰਦੇ ਜੀ ਤੁਸੀਂ ਨਾਮ ਜਪੋ ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨ ਹੋਣਗੇ। ਮਹਾਰਾਜ ਕਹਿੰਦੇ ਨਹੀਂ ਸਿੱਖਾ, ਇਸ ਭੁਲੇਖੇ 'ਚੋਂ ਤੈਨੂੰ ਮੈਂ ਕੱਢ ਦਿੱਤਾ, ਤੂੰ ਅੰਮ੍ਰਿਤ ਛਕ, ਤੂੰ ਦਾੜਾ ਪ੍ਰਕਾਸ਼ ਕਰ, ਪੰਜਾਂ ਕਕਾਰਾਂ ਦਾ ਧਾਰਨੀ ਬਣ, ਪੰਜਾਂ ਬਾਣੀਆਂ ਦਾ ਨਿਤਨੇਮ ਕਰ, ਜਦੋਂ ਤੂੰ ਤਾ ਤਿਆਰ ਬਰ ਤਿਆਰ ਖਾਲਸਾ ਹੋ ਜਾਏਗਾ, ਚੇਤੇ ਰੱਖੀ ਮੇਰੇ ਦਰਸ਼ਨਾਂ ਦੀ ਲੋੜ ਨਹੀਂ, ਤੇਰੇ ਵਿੱਚੋਂ ਲੋਕ ਮੇਰੇ ਦਰਸ਼ਨ ਕਰ ਲਿਆ ਕਰਨਗੇ। ਸਾਨੂੰ ਤੇ ਗੁਰੂ ਨੇ ਰਹਿਮਤਾਂ ਹੀ ਬੜੀਆਂ ਦੇ ਦਿੱਤੀਆਂ ਨੇ। ਗੁਰੂ ਕਲਗੀਧਰ ਪਿਤਾ ਦਾ ਸਿੱਖ ਜਦੋਂ ਤਿਆਰ ਬਰ ਤਿਆਰ ਹੋ ਕੇ ਨਿਕਲਦਾ ਹੈ, ਅਸੀਂ ਕਹਿੰਦੇ ਗੁਰੂ ਗੋਬਿੰਦ ਸਿੰਘ ਸਾਹਿਬ ਇਸ ਤਰ੍ਹਾਂ ਦੇ ਸਨ। ਇਹ ਨਹੀਂ ਕਹਿੰਦੇ ਗੁਰੂ ਗੋਬਿੰਦ ਸਿੰਘ ਸਾਹਿਬ ਵਰਗੇ ਨੇ, ਅਸੀਂ ਕਹਿੰਦੇ ਗੁਰੂ ਗੋਬਿੰਦ ਸਿੰਘ ਸਾਹਿਬ ਇਸ ਤਰ੍ਹਾਂ ਦੇ ਸਨ। ਇਹ ਸੀ ਗੁਰੂ ਸਾਹਿਬ ਜੀ ਦਾ ਸਵਰੂਪ। ਅਤੇ ਅੱਜ ਸਾਡਾ ਫਰਜ਼ ਬਣਦਾ ਹੈ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਇਹਨਾਂ ਚਾਰ ਪੰਜ ਗੱਲਾਂ ਨੂੰ ਆਪਣੇ ਘਰ ਦਾ ਸ਼ਿੰਗਾਰ ਬਣਾ ਲਓ, ਸੱਚ ਇਹ ਹੈ ਰਹਿਮਤਾਂ ਆ ਜਾਣਗੀਆਂ, ਸਤਿਗੁਰ ਜੀ ਦੀ ਬਖਸ਼ਿਸ਼ ਹੋ ਜਾਵੇਗੀ। ਨੌ ਨਿਧੀਆਂ ਜਿਹਨੂੰ 18 ਸਿੱਧੀਆਂ ਕਹਿੰਦੇ ਆ ਨਾ, ਘਰ 'ਚ ਥਾਂ ਲੱਭਦੀਆਂ ਫਿਰਨਗੀਆਂ, ਭੁੱਲਾਂ ਦੀ ਖਿਮਾ। ਬਾਕੀ ਇਸ ਚੱਕਰ 'ਚ ਨਾ ਪਾਓ, ਕੋਈ ਕਹਿੰਦਾ ਜੀ ਤੁਸੀਂ ਇੰਨਾ ਪਾਠ ਕਰੋ ਆਹ ਮਿਲੇਗਾ, ਇੰਨੇ ਦਿਨ ਗੁਰਦੁਆਰੇ ਆਓ ਆਹ ਹੋਏਗਾ, ਅਤੇ ਜਿਹੜੇ ਬਾਕੀ ਧਰਮ ਨੇ ਉਹ ਕਹਿੰਦੇ ਹੂਰਾਂ ਮਿਲਣਗੀਆਂ, ਕੋਈ ਕਹਿੰਦਾ ਸਵਰਗ 'ਚ ਵਾਸਾ ਮਿਲੂਗਾ। ਗੁਰੂ ਕਲਗੀਧਰ ਪਿਤਾ ਗੁਰੂ ਨਾਨਕ ਦਾ ਸਿਧਾਂਤ ਕਹਿੰਦਾ ਜੇ ਤੂੰ ਸਿੱਖੀ ਲੈਣੀ ਹੈ ਨਾ, ਲੈਣ ਦੀ ਗੱਲ 'ਤੇ ਬਾਅਦ ਵਿੱਚ ਪਹਿਲਾਂ ਦੇਣ ਦੀ ਕਰ, ਜੋ ਤੋ ਪ੍ਰੇਮ ਖੇਲਣ ਕਾ ਚਾਹੋ ਸਿਰ ਧਰ ਤਲੀ। ਇੰਜ ਆ, ਇੱਥੇ ਜੇ ਕੁਝ ਪ੍ਰਾਪਤ ਕਰਨਾ ਪਹਿਲਾਂ ਸ਼ਰਤਾਂ ਨਾ ਲਾ ਕਿ 40 ਦਿਨ ਪਾਠ ਕਰ ਲਿਆ, ਇੰਨੇ ਦਿਨ ਆਹ ਕਰ ਲਿਆ। ਮੈਂ ਬੇਨਤੀ ਕਰਦਾ ਹੁੰਦਾ ਚੰਗੀ ਗੱਲ ਹੈ ਬਾਣੀ ਪੜ੍ਹੋ, ਪਰ 40-40 ਪਾਠ 'ਤੇ ਤੂੰ ਗਿਣ ਲੈ, ਕਿਧਰੇ 40 ਦਿਨਾਂ ਦੇ ਔਗਣ ਗਿਣੀ ਕਿੰਨੇ ਕੁ ਕਰ ਲੈਣ, ਕਿੰਨੇ ਕੁ ਪਾਪ ਸੋਚ ਲਏ ਨੇ, ਕਿੰਨੇ ਕੁ ਸੁਣ ਲਏ, ਉਹਨਾਂ ਦਾ ਅੰਤ ਕੋਈ ਨਹੀਂ। ਆਓ 2 ਮਿੰਟਾਂ ਵਿੱਚ ਮੈਂ ਸੰਪੂਰਨਤਾ ਕਰਾਂ। ਧੰਨਵਾਦ ਸਮੁੱਚੀ ਸੰਗਤ ਦਾ, ਪ੍ਰਬੰਧਕ ਵੀਰਾਂ ਦਾ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਕੋਟਾਨ ਕੋਟ ਸ਼ੁਕਰ ਜੌਹਲ ਸਾਹਿਬ ਜੀ ਦਾ, ਗਿਆਨੀ ਭਗਵਾਨ ਸਿੰਘ ਜੀ ਜੌਹਲ, ਜੋ ਕਿ ਸਾਨੂੰ ਗੁਰੂ ਘਰ ਦੇ ਕੀਰਤਨੀਆਂ ਨੂੰ ਉੱਦਾਂ ਹੀ ਵਡਿਆਈ ਦੇਈ ਜਾਂਦੇ ਨੇ। ਅਸਲ 'ਚ ਪੰਥ ਮਹਾਨ ਹੁੰਦਾ, ਅਸੀਂ ਮਹਾਨ ਪੰਥ ਦੇ ਕੀਰਤਨੀ ਹੈ, ਪੰਥ ਦੇ ਮਹਾਨ ਕੀਰਤਨੀ ਹੈ ਨਹੀਂ। ਅੱਜ ਸਾਨੂੰ ਪੰਥ ਛੱਡ ਦੇਵੇ ਅਸੀਂ ਮਿੱਟੀ 'ਚ ਮਿਲ ਜਾਣਾ,
ਵਾਤ ਨਹੀਂ ਕਿਸੇ ਨੇ ਪੁੱਛਣੀ। ਜਿੰਨਾ ਚਿਰ ਪੰਥ ਸਾਡੀ ਉਂਗਲ ਫੜੀ ਫਿਰਦਾ ਹੈ ਸਾਡੀ ਬੱਲੇ ਬੱਲੇ ਆ, ਜਿੱਦਣ ਪੰਥ ਨੇ ਛੱਡ ਦਿੱਤਾ ਸਾਡੇ ਕੱਖ ਪੱਲੇ ਨਹੀਂ ਰਹਿਣਾ। ਇਹ ਸੱਚ ਹੈ ਅਤੇ ਇਹਨਾਂ ਦਾ ਵੱਡਾ ਪੰਨ ਇੱਕ ਮਾਂ ਹਮੇਸ਼ਾ ਬੱਚੇ ਨੂੰ ਸਲਾਹੁੰਦੀ ਰਹਿੰਦੀ ਭਾਵੇਂ ਉਗਣੀ ਆਉਣ ਉਹਦੇ 'ਚ, ਉਹਦਾ ਉਹ ਵੈਸੇ ਹੀ ਉਹਦਾ ਫਰਜ਼ ਹੁੰਦਾ। ਦੂਜੇ ਸਿੰਘ ਸਾਹਿਬ ਜੀ ਸਤਿਕਾਰਯੋਗ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉਹ ਪਹੁੰਚ ਚੁੱਕੇ ਨੇ। ਸ਼ਬਦ ਤੁਸੀਂ ਮੈਨੂੰ ਬਹੁਤ ਕਹੇ ਸਨ, ਫਿਰ ਕਿਧਰੇ ਸਮਾਂ ਬਣਿਆ ਮੈਂ ਜ਼ਰੂਰ ਆਪ ਜੀ ਦੇ ਸਨਮੁੱਖ ਹੋਵਾਂਗਾ।